सत श्री अकाल दोस्तों, थोड़ा बहुत बहुत स्वागत है मेरे यूट्यूब चैनल कुश्ती दंगल लवर्स दे उत्ते। ते मैं अज गल करन जा रहा हूँ दुनिया के बहुत ही प्रसिद्ध पहलवान जी के बारे, जिन्होंने नैशनल ही नहीं सगों की इंटरनेशनल पहलवानों भी चित किया होया है और जिन्हों उपर एक पंजाबी फिल्म रुस्तमे हिंद भी बन चुकी है। जी हाँ, तुसी सही पहचान रहे हो, परमिंदर धूमशेड़ी जी। अगे इस वीडियो में तुसी जानोगे उन्हां बारे कुछ रोमांचक गल्लां ते जिहड़े साडे स्रोते साडे नाल नवें जुड़े ने इस चैनल उपर, प्लीज़ साडा चैनल सबसक्राइब कर लैण अते बैल आइकन नूं दबाउणा ना भुल्लण। मरिंडे तो 3 किलोमीटर दूरी ते स्थित है जी पिंड धूमशेड़ी। पहलवान जी का पूरा नाम परमिंदर सिंह भुल्लर है ਅਤੇ ਦੇ ਪਿਤਾ ਦਾ ਨਾਮ ਸਰਦਾਰ ਨਰਮਲ ਸਿੰਘ ਪੁੱਲਰ, ਮਾਤਾ ਦਾ ਨਾਮ ਦਲਵੀਰ ਕੌਰ ਪੁੱਲਰ ਅਤੇ ਇਹਨਾਂ ਦੇ ਇੱਕ ਵੱਡੇ ਭਰਾ ਵੀ ਹਨ ਜਿਨ੍ਹਾਂ ਦਾ ਨਾਮ ਅਰਮਿੰਦਰ ਸਿੰਘ ਪੁੱਲਰ ਹੈ ਅਤੇ ਇਹਨਾਂ ਦੇ ਕੋਚ ਜਿਨ੍ਹਾਂ ਨੇ ਇਹਨਾਂ ਨੂੰ ਇੱਥੇ ਤੱਕ ਪਹੁੰਚਾਇਆ ਹੈ ਉਹਨਾਂ ਦਾ ਨਾਮ ਅਮਰ ਸਿੰਘ ਪਹਿਲਵਾਨ ਜੀ ਹੈ। ਪਹਿਲਵਾਨ ਜੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਧੰਨ ਧੰਨ ਬਾਬਾ ਪੂਰਨ ਦਾਸ ਜੀ ਮਹਾਰਾਜ ਅਖਾੜਾ ਦੂਮਸ਼ੇੜੀ ਵਿੱਚ ਮੈਂ 14 ਸਾਲਾਂ ਦੀ ਉਮਰ ਵਿੱਚ ਹੀ ਕਰ ਦਿੱਤੀ ਸੀ ਅਤੇ 1988 ਵਿੱਚ ਪਹਿਲਵਾਨ ਜੀ ਨੇ ਪਹਿਲਾ ਗੋਲਡ ਮੈਡਲ ਸਕੂਲੀ ਪੱਧਰ ਉੱਪਰ ਜਿੱਤਿਆ। ਇਸ ਤੋਂ ਬਾਅਦ ਉਹਨਾਂ ਨੇ ਆਪਣੀ ਮਿਹਨਤ ਜਾਰੀ ਰੱਖੀ ਅਤੇ ਥੋੜ੍ਹੇ ਸਮੇਂ ਵਿੱਚ ਹੀ ਉਹਨਾਂ ਨੇ ਪੰਜਾਬ ਕੇਸਰੀ ਦਾ ਟਾਈਟਲ ਵੀ ਆਪਣੇ ਨਾਮ ਕਰ ਲਿਆ। 2001 ਵਿੱਚ ਪਹਿਲਵਾਨ ਜੀ ਭਾਰਤ ਕੇਸਰੀ ਬਣ ਗਏ ਅਤੇ ਉਸ ਤੋਂ ਬਾਅਦ ਉਹਨਾਂ ਨੇ ਰੁਸਤਮ ਹਿੰਦ ਦਾ ਖਿਤਾਬ ਵੀ ਆਪਣੇ ਨਾਮ ਕਰ ਲਿਆ। ਫਿਰ ਪਹਿਲਵਾਨ ਜੀ ਨੇ ਇੰਟਰਨੈਸ਼ਨਲ ਪੱਧਰ ਉੱਤੇ ਹੀ ਬਹੁਤ ਸਾਰੇ ਗੋਲਡ ਮੈਡਲ ਜਿੱਤੇ ਅਤੇ ਵਿਦੇਸ਼ੀ ਪਹਿਲਵਾਨਾਂ ਨੂੰ ਚਿਤ ਕੀਤਾ। ਮੰਨਿਆ ਜਾਂਦਾ ਹੈ ਕਿ ਪਹਿਲਵਾਨ ਜੀ ਨੇ ਆਪਣੇ ਕਰੀਅਰ ਦੇ ਵਿੱਚ 2000 ਤੋਂ ਵੱਧ ਪਹਿਲਵਾਨਾਂ ਨੂੰ ਚਿੱਤ ਕੀਤਾ ਹੋਇਆ ਹੈ ਕਿ ਇਹਨਾਂ ਨੇ ਇੱਕ ਸੋਨੇ ਦੀ ਬੈਲਟ, ਬਹੁਤ ਸਾਰੇ ਮੋਟਰਸਾਈਕਲ, ਬਹੁਤ ਸਾਰੀਆਂ ਗੱਡੀਆਂ, ਘੋੜੇ ਅਤੇ ਮੱਝਾਂ ਜਿੱਤੀਆਂ ਹੋਈਆਂ ਹਨ। ਜੇ ਆਪਾਂ ਗੱਲ ਕਰੀਏ ਪਹਿਲਵਾਨ ਜੀ ਦੇ ਸ਼ੌਂਕਾਂ ਦੇ ਬਾਰੇ ਤਾਂ ਪਹਿਲਵਾਨ ਜੀ ਨੂੰ ਘੋੜ ਸਵਾਰੀ ਦਾ ਵੀ ਬਹੁਤ ਸ਼ੌਂਕ ਹੈ ਅਤੇ ਇਹਨਾਂ ਦੇ ਕੋਲ 4 ਨੁੱਕੜੀ ਘੋੜੇ, 70 ਕਬੂਤਰ ਅਤੇ 4 ਸ਼ਿਕਾਰੀ ਕੁੱਤੇ ਵੀ ਹਨ। ਮੰਨਿਆ ਜਾਂਦਾ ਹੈ ਕਿ ਪਹਿਲਵਾਨ ਜੀ ਜਦੋਂ ਅਖਾੜੇ ਵਿੱਚ ਜਾ ਕੇ ਆਪਣੇ ਜ਼ੋਰ ਦਿਖਾਉਂਦੇ ਸੀ ਤਾਂ ਲੱਖਾਂ ਦੀ ਭੀੜ ਉਹਨਾਂ ਨੂੰ ਦੇਖਣ ਲਈ ਹੁੰਮ ਹੁਮਾ ਕੇ ਪਹੁੰਚ ਜਾਂਦੀ ਸੀ ਅਤੇ ਬਹੁਤ ਸਾਰੇ ਲੋਕ ਉਹਨਾਂ ਨਾਲ ਫੋਟਾਂ ਖਿਚਾਉਣ ਦੇ ਲਈ ਜੱਦੋ ਜਹਿਦ ਕਰਦੇ ਸੀ। ਦੋ ਹਜ਼ਾਰ 2007 ਦੇ ਵਿੱਚ ਪਹਿਲਵਾਨ ਜੀ ਨੇ ਇੱਕ ਪੰਜਾਬੀ ਫਿਲਮ ਵੀ ਕੀਤੀ ਜਿਸ ਫਿਲਮ ਦਾ ਟਾਈਟਲ ਸੀ ਰੁਸਤਮੇ ਹਿੰਦ ਅਤੇ ਇਸ ਫਿਲਮ ਵਿੱਚ ਉਹਨਾਂ ਨੇ ਗੁੱਗੂ ਗਿੱਲ ਜੀ ਦੇ ਨਾਲ ਕੰਮ ਕੀਤਾ। ਪਹਿਲਵਾਨ ਜੀ ਬਹੁਤ ਹੀ ਨੇਕ ਦਿਲ ਇਨਸਾਨ ਨੇ, ਇਹਨਾਂ ਨੇ ਆਪਣਾ ਹੀ ਨਹੀਂ ਸਗੋਂ ਕਿ ਆਪਣੇ ਪਿੰਡ ਆਪਣੇ ਦੇਸ਼ ਦਾ ਨਾਂ ਬਹੁਤ ਹੀ ਰੋਸ਼ਨ ਕੀਤਾ। ਅੱਜ ਉਹਨਾਂ ਦੇ ਪਿੰਡ ਦਾ ਨਾਮ ਉਹਨਾਂ ਨੂੰ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ। ਮੈਨੂੰ ਉਮੀਦ ਹੈ ਦੋਸਤੋ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਜਿਹੜੇ ਸਾਡੇ ਸਰੋਤਿਆਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣ ਅਤੇ ਪਲੀਜ਼ ਬੈਲ ਆਈਕਨ ਨੂੰ ਦਬਾ ਲੈਣ। ਧੰਨਵਾਦ।